ਦੇਸ਼ ਵਿੱਚ 21 ਦਿਨਾਂ ਤੋਂ ਲਾਕਡਾਊਨ ਨੂੰ ਅੱਜ 2 ਹਫ਼ਤੇ ਪੂਰੇ ਹੋ ਗਏ ਨੇ ਇਸ ਦੌਰਾਨ ਸਰਕਾਰ ਵਿੱਚ ਲਾਕਡਾਊਨ ਤੋਂ ਬਾਹਰ ਨਿਕਲਣ ਦੇ ਤਰੀਕਿਆਂ ਨੂੰ ਲੈ ਕੇ ਵਿਚਾਰ ਚਰਚਾ ਚੱਲ ਰਹੀ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਤਾਲਾਬੰਦੀ 14 ਅਪ੍ਰੈਲ ਤੋਂ ਬਾਅਦ ਖਤਮ ਹੋ ਜਾਵੇਗੀ ਜਾਂ ਫਿਰ ਅੱਗੇ ਵੀ ਜਾਰੀ ਰਹੇਗੀ ਸਰਕਾਰ ਦੀ ਤਿਆਰੀ ਇਹ ਹੈ ਕਿ ਲੋਕਾਂ ਨੂੰ ਰਾਹਤ ਦੇਣ ਦੇ ਨਾਲ ਜਦੋਂ ਵੀ ਇਹ ਖਤਮ ਹੋਵੇ ਤਾਂ ਲੋਕਾਂ ਨੂੰ ਕੋਰੋਨਾ ਦੀ ਲਾਗ ਦੇ ਖਤਰੇ ਤੋਂ ਵੀ ਬਚਾਇਆ ਜਾਵੇ ਇਸ ਦੇ ਚੱਲਦੇ ਇੱਕ ਡਰਾਫਟ ਯੋਜਨਾ ਵਿੱਚ ਭਾਰਤ ਦੇ ਰਾਜਾਂ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਲੋਕਡਾਊਨ ਖੋਲਣ ਦੀ ਯੋਜਨਾ ਹੈ ਇਸ ਅਨੁਸਾਰ ਇੱਕ ਜ਼ਿਲ੍ਹੇ ਵਿੱਚ ਜਿੱਥੇ ਕੋਈ ਮਰੀਜ਼ ਨਹੀਂ ਹੋਵੇਗਾ ਲੋਕਾਂ ਨੂੰ ਕੁਝ ਸ਼ਰਤਾਂ ਨਾਲ ਜ਼ਿਲ੍ਹੇ ਦੇ ਅੰਦਰ ਆਵਾਜਾਈ ਦੀ ਆਗਿਆ ਦਿੱਤੀ ਜਾਏਗੀ ਕੁਝ ਜ਼ਿਲ੍ਹਿਆਂ ਵਿੱਚ ਰੇਲ ਤੇ ਬੱਸ ਦੇ ਨਾਲ ਨਾਲ ਹਵਾਈ ਸੇਵਾਵਾਂ ਵੀ ਸ਼ੁਰੂ ਹੋ ਸਕਦੀਆਂ ਨੇ ਇਸ ਦੇ ਲਈ ਚਾਰ ਪੜਾਅ ਹੋਣਗੇ ਜਿਨ੍ਹਾਂ ਅਨੁਸਾਰ ਸਟੇਜ 4 ਵਿੱਚ ਲੋੜਿੰਦੀਆਂ ਸਹੂਲਤਾਂ ਸ਼ੁਰੂ ਹੋਣਗੀਆਂ 65 ਸਾਲ ਤੋਂ ਉੱਪਰ ਦੇ ਉਮਰ ਦੇ ਲੋਕ ਘਰਾਂ 'ਚੋਂ ਨਹੀਂ ਨਿਕਲਣਗੇ ਤੁਸੀਂ ਕਿਸੇ ਹੋਰ ਰਾਜ ਵਿੱਚ ਨਹੀਂ ਜਾ ਸਕੋਗੇ ਰੇਲਵੇ ਤੇ ਅਣਅਧਿਕਾਰਤ ਟਿਕਟਾਂ ਉਪਲਬਧ ਨਹੀਂ ਹੋਣਗੀਆਂ ਬੱਸ ਗੱਡੀਆਂ ਵਿੱਚ ਸਮਰੱਥਾ ਨਾਲੋਂ 1/3 ਘੱਟ ਟਿਕਟਾਂ ਹੋਣਗੀਆਂ ਜ਼ਿਲ੍ਹੇ ਵਿੱਚ ਜਿੱਥੇ ਕੋਈ ਕੇਸ ਨਹੀਂ ਹੋਵੇਗਾ ਉਦਯੋਗ ਉੱਥੇ ਹੀ ਸ਼ੁਰੂ ਹੋਵੇਗਾ ਪਰ ਵਰਕਰ ਇੱਕੋ ਜ਼ਿਲ੍ਹੇ ਦੇ ਹੋਣਗੇ ਉਹਨਾਂ ਸ਼ਹਿਰਾਂ ਵਿੱਚ ਆਵਾਜਾਈ ਨੂੰ ਬੰਦ ਕਰ ਦਿੱਤਾ ਜਾਵੇਗਾ ਜਿੱਥੇ ਕੋਰੋਨਾ ਦੇ ਕੇਸ ਹੋਣਗੇ ਸਾਰੇ ਧਾਰਮਿਕ ਸਥਾਨ ਵਿਦਿਅਕ ਅਦਾਰੇ ਆਦ ਬੰਦ ਰਹਿਣਗੇ ਸਟੇਜ 3 ਵਿੱਚ ਘਰੇਲੂ 에ਅਰਲਾਈਨਾਂ ਰਾਹੀਂ ਯਾਤਰਾ ਹੋਵੇਗੀ ਪਰ ਕਰੋਨਾ ਦੀ ਲਾਗ ਵਾਲੇ ਜ਼ਿਲ੍ਹੇ ਵਿੱਚ ਨਹੀਂ ਦੂਜੇ ਰਾਜਾਂ ਵਿੱਚ ਤੁਸੀਂ ਨਹੀਂ ਜਾ ਸਕੋਗੇ ਘਰੇਲੂ ਜਹਾਜ਼ ਚੱਲਣਗੇ ਜਿੱਥੇ ਮਰੀਜ਼ ਹੋਣਗੇ ਉੱਥੇ ਆਵਾਜਾਈ ਨੂੰ ਬੰਦ ਰੱਖਿਆ ਜਾਵੇਗਾ ਪਰ ਉਹਨਾਂ ਜ਼ਿਲ੍ਹਿਆਂ ਵਿੱਚ ਜਿੱਥੇ ਕੋਈ ਮਰੀਜ਼ ਨਹੀਂ ਹੋਵੇਗਾ ਗੈਰ ਜ਼ਰੂਰੀ ਚੀਜ਼ਾਂ ਨੂੰ ਵੀ ਭੇਜਿਆ ਜਾ ਸਕਦਾ ਹੈ ਸਟੇਜ 4 ਤੇ ਸਟੇਜ 3 ਵਿੱਚ ਲਗਭਗ ਇੱਕੋ ਜਿਹੀ ਪਾਬੰਦੀ ਹੋਵੇਗੀ ਸਟੇਜ 2 ਵਿੱਚ ਸਕੂਲ ਕਾਲਜ ਬੰਦ ਰਹਿਣਗੇ ਸ਼ਾਪਿੰਗ ਮਾਲ ਸਿਨੇਮੇ ਖੁੱਲਣਗੇ ਦੂਜੇ ਰਾਜਾਂ ਵਿੱਚ ਅਸੀਂ ਰੇਲ ਤੇ ਸੜਕ ਰਾਹੀਂ ਯਾਤਰਾ ਕਰ ਸਕਾਂਗੇ ਹਾਲਾਂਕਿ ਇਹ ਵੇਖਿਆ ਜਾਵੇਗਾ ਕਿ ਸਟੇਜ 3 ਤੇ ਸਟੇਜ 4 ਦੇ ਸ਼ਹਿਰਾਂ ਵਿੱਚ ਕਾਰ ਨਾ ਆਉਣ ਜਹਾਜ਼ ਰਾਹੀਂ ਤੁਸੀਂ ਹੇਠਲੇ ਪੜਾ ਤੇ ਜਾ ਸਕੋਗੇ ਉੱਥੇ ਜਾ ਸਕੋ ਜਿੱਥੇ 28 ਦਿਨਾਂ ਤੋਂ ਇੱਕ ਵੀ ਕੇਸ ਨਹੀਂ ਹੋਇਆ ਕਾਮੇ ਰਾਜ ਦੇ ਕਿਸੇ ਵੀ ਹਿੱਸੇ ਤੋਂ ਉਦਯੋਗ ਵਿੱਚ ਕੰਮ ਕਰਨ ਦੇ ਯੋਗ ਹੋਣਗੇ ਸਟੇਜ 1 ਵਿੱਚ ਸਕੂਲ ਕਾਲਜ ਸ਼ੁਰੂ ਹੋਣਗੇ ਪਰ ਕਮਰੇ ਵਿੱਚ 50 ਤੋਂ ਵੱਧ ਵਿਦਿਆਰਥੀ ਨਹੀਂ ਹੋਣਗੇ ਇਸ ਵਿੱਚ ਰੇਲ ਜਾਂ ਸੜਕ ਰਾਹੀਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਦੀ ਆਗਿਆ ਹੋਵੇਗੀ ਪਰ ਸਟੇਜ 3 ਤੇ ਸਟੇਜ 4 ਵਾਲੇ ਸ਼ਹਿਰ ਵਿੱਚ ਨਹੀਂ ਜਾ ਸਕੋਗੇ ਰੇਲ ਗੱਡੀ ਉਹਨਾਂ ਜ਼ਿਲ੍ਹਿਆਂ ਵਿੱਚ ਨਹੀਂ ਰੁਕੇਗੀ ਜਿੱਥੇ ਮਰੀਜ਼ ਹੋਣਗੇ ਉਹ ਜ਼ਿਲ੍ਹੇ ਜਿੱਥੇ ਕੋਰੋਨਾ ਦਾ ਮਰੀਜ਼ 28 ਦਿਨਾਂ ਵਿੱਚ ਨਹੀਂ ਆਇਆ ਹੋਵੇਗਾ ਉੱਥੇ ਜਾਣ ਦੀ ਆਗਿਆ ਦਿੱਤੀ ਜਾਵੇਗੀ ਧਾਰਮਿਕ ਸਥਾਨ ਖੋਲ ਦਿੱਤੇ ਜਾਣਗੇ ਦੱਸਦੀ ਕਿ ਜੇ ਰੇਲਵੇ ਸੇਵਾ ਆਰੰਭ ਹੁੰਦੀ ਹੈ ਤਾਂ ਰੇਲਵੇ ਦੀ ਮੱਧ ਵਰਤ ਬੁੱਕ ਨਹੀਂ ਕੀਤੀ ਜਾਵੇਗੀ ਬਹੁਤੇ ਜ਼ਿਲ੍ਹਿਆਂ ਵਿੱਚ ਸਕੂਲ ਕਾਲਜ ਪਾਰਕ ਸਿਨੇਮਾ ਘਰ ਵਪਾਰਕ ਤੇ ਨਿੱਜੀ ਅਧਾਰੇ ਬੰਦ ਰਹਿਣਗੇ। ਉਹਨਾਂ ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਨਹੀਂ ਰੁਕਣਗੀਆਂ ਜਿੱਥੇ ਇੱਕ ਵੀ ਕਰੋਨਾ ਪੋਜ਼ਿਟਿਵ ਮਰੀਜ਼ ਹੋਵੇਗਾ। ਰੇਲ, ਬੱਸ ਤੇ ਹਵਾਈ ਯਾਤਰੀਆਂ ਤੋਂ ਇਲਾਵਾ ਇੱਥੇ ਕੰਮ ਕਰਨ ਵਾਲਿਆਂ ਲਈ ਵੱਖ-ਵੱਖ ਸਾਵਧਾਨੀਆਂ ਦਿੱਤੀਆਂ ਗਈਆਂ ਨੇ। ਥਰਮਲ ਸਕੈਨਿੰਗ ਕੋਟ, ਕੋਰੀਅਰ ਸਰਵਿਸ, ਰੇਲਵੇ ਸਟੇਸ਼ਨ ਤੇ ਜ਼ਰੂਰੀ ਹੋਵੇਗੀ। ਟ੍ਰੇਨ ਵਿੱਚ ਮਿਡਲ ਬਰਥ ਬੁੱਕ ਨਹੀਂ ਹੋਵੇਗੀ। ਪਲੇਟਫਾਰਮ ਟਿਕਟਾਂ ਮਹਿੰਗੀਆਂ ਹੋਣ ਦਾ ਸੁਝਾਅ ਹੈ। TTE ਇੱਕ ਇਨਫਰਾ ਰੈਡ ਥਰਮਾਮੀਟਰ ਨਾਲ ਜਾਂਚ ਕਰੇਗਾ। ਰੇਲ ਗੱਡੀ ਵਿੱਚ ਯਾਤਰੀਆਂ ਨੂੰ ਮਾਸਕ ਤੇ ਸੈਨੀਟਾਈਜ਼ਰ ਪਾਉਣ ਦਾ ਸੁਝਾਅ ਵੀ ਹੈ। ਹਵਾਈ ਅੱਡੇ ਵਿੱਚ ਬਜ਼ੁਰਗਾਂ, ਗਰਭਵਤੀ ਤੇ ਬੱਚਿਆਂ ਲਈ ਬੋਰਡਿੰਗ ਪਾਸਾਂ ਲਈ ਵੱਖਰੀ ਲਾਈਨ ਹੋਵੇਗੀ। ਯਾਤਰੀਆਂ ਨੂੰ ਉਡਾਣ ਦੇ ਸਮੇਂ ਤੋਂ 3 ਘੰਟੇ ਪਹਿਲਾਂ 에ਅਰਪੋਰਟ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਕੋਰੋਨਾ ਵਾਇਰਸ ਦੇ ਆਰਥਿਕ ਪ੍ਰਭਾਵ ਨੂੰ ਘਟ ਕਰਨ ਲਈ ਜੰਗੀ ਪੱਧਰ ਤੇ ਯੋਜਨਾਵਾਂ ਬਣਾਉਣ। ਸੋ ਇਹ ਹੈ ਉਹ ਯੋਜਨਾ ਜਿਸ ਅਧੀਨ ਲਾਕਡਾਊਨ ਨੂੰ ਖੋਲਣ ਤੇ ਅਮਲ ਕੀਤਾ ਜਾ ਸਕਦਾ ਹੈ ਪਰ ਆਖਰੀ ਫੈਸਲੇ ਸਰਕਾਰ ਦੇ ਹੱਥ ਹੋਣਗੇ।